ਸਾਡੇ ਫੇਸਬੁੱਕ ਅਤੇ ਯੂਟਿਊਬ ਦੇ ਵਿਊਅਰਸ ਨੇ ਨਾ, ਉਹਨਾਂ ਲਈ ਮੈਂ ਕਿਹਾ ਸੀ ਬੈਕ ਸਟੇਜ ਜਿਹੜੀ ਐਕਟੀਵਿਟੀਜ਼ ਰਹਿੰਦੀਆਂ ਸੀ, ਅਪਡੇਟ ਰਹਿੰਦੀਆਂ ਨੇ, ਉਹ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹਾਂਗੇ। ਅਤੇ ਸਾਡੇ ਨਾਲ ਉਹ ਨੇ ਜੋ ਇਸ ਸ਼ੋਅ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ, ਜਿਨ੍ਹਾਂ ਨੇ ਇਸ 11 ਜਿਹੜੀ ਫਾਈਨਲਿਸਟ ਨੇ ਉਹਨਾਂ ਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਕਾਫੀ ਕਾਰਗਰ ਰਹੇ ਨੇ। ਜਪਜੀ ਖਹਿਰਾ ਜੀ ਆਇਆਂ ਨੂੰ, ਜਪਜੀ ਕੀ ਹਾਲ ਚਾਲ? ਜੀ ਆਇਆਂ ਨੂੰ ਥੈਂਕ ਯੂ, ਤੁਹਾਡਾ ਵੀ ਬਹੁਤ ਬਹੁਤ ਜੀ ਆਇਆਂ ਨੂੰ, ਕਿਉਂਕਿ ਨਵਾਂ ਸਾਲ ਆ ਅਤੇ ਆਈ ਥਿੰਕ ਸਾਰਿਆਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਇਸ ਸਾਲ ਤੋਂ, ਅਤੇ ਵਟ ਅ ਗ੍ਰੇਟ ਵੇ ਟੂ ਸਟਾਰਟ। ਕਦੀ ਆਪ ਤੁਸੀਂ ਐਜ਼ ਅ ਕੰਟੈਸਟੈਂਟ ਵੀ ਪਾਰਟੀਸੀਪੇਟ ਕਰਦੇ ਸੀ, ਉਹ ਜੱਜ ਦੀ ਕੁਰਸੀ 'ਤੇ ਬੈਠਣਾ ਅਤੇ ਇਹਨਾਂ ਮੁਟਿਆਰਾਂ ਨੂੰ ਜੱਜ ਕਰਨਾ, ਇੰਨੇ ਸਾਰੇ ਜੋ ਪੰਜਾਬ ਦੇ ਵਿੱਚ ਮਿਸ ਪੀਡੀ ਦੇ ਪੰਜਾਬੀ ਦਾ ਕਾਫੀ ਕਰੇਜ਼ ਹੈ, ਅਤੇ ਇਸ ਵਾਰ ਕੈਨੇਡਾ ਤੋਂ ਵੀ ਇੱਕ ਮੁਟਿਆਰ ਜਿਹੜੀ ਹੈ ਉਹ ਵੀ ਇਸ ਵਿੱਚ ਪਾਰਟੀਸੀਪੇਟ ਕਰਨ ਆਈ ਹੈ। ਓਵਰਆਲ ਤੁਹਾਡਾ ਜੇ ਕਹੀਏ ਐਕਸਪੀਰੀਅੰਸ ਇਹਦੇ ਨਾਲ, ਤੁਹਾਡੀ ਜਰਨੀ ਜਿਹੜੀ ਉਹ ਕਿਹੋ ਜਿਹੀ ਰਹੀ? ਜਰਨੀ ਐਜ਼ ਅ ਜੱਜ ਜਾਂ ਐਜ਼ ਅ ਯੂ ਨੋ ਵਿਨਰ? ਐਜ਼ ਅ ਜੱਜ, ਐਜ਼ ਅ ਜੱਜ ਮੈਂ ਪੀ ਟੀ ਸੀ ਵਾਲਿਆਂ ਦੀ ਬਹੁਤ ਬਹੁਤ ਧੰਨਵਾਦੀ ਹਾਂ, ਜਿਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ। ਜੱਜ ਦੀ ਸੀਟ 'ਤੇ ਬੈਠਣਾ ਕੋਈ ਸੌਖੀ ਗੱਲ ਨਹੀਂ ਆ, ਬਟ ਉੱਥੋਂ ਤੱਕ ਬੈਠਣ ਲਈ ਵੀ ਤੁਹਾਨੂੰ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਆ ਉਸ ਮੁਕਾਮ ਤੱਕ ਪਹੁੰਚਣ ਲਈ, ਐਂਡ ਥੈਂਕ ਯੂ ਪੀ ਟੀ ਸੀ ਇਹ ਮੈਨੂੰ ਮੌਕਾ ਦੇਣ ਲਈ। ਇਸ ਤੋਂ ਪਹਿਲਾਂ ਮੈਂ ਸ਼ੋਅਜ਼ ਜੱਜ ਕੀਤੇ, ਬਟ ਓਬਵੀਅਸਲੀ ਦਿਸ ਇਜ਼ ਬਿਗ। ਪੀ ਟੀ ਸੀ ਵਾਲਿਆਂ ਦੀ ਟੀਮ ਦੇ ਨਾਲ ਹੀ ਕੀ ਉਹਨੂੰ ਕਹਿੰਦੇ ਨੇ, ਜਦੋਂ ਮੇਰੇ ਟਾਈਮ 'ਤੇ ਹੋਇਆ ਸੀ ਮਿਸ ਵਰਲਡ ਪੰਜਾਬਨ, ਤਾਂ ਪੀ ਟੀ ਸੀ ਵਾਲਿਆਂ ਦੀ ਜਿਹੜੀ ਪਿੱਛੇ ਟੀਮ ਕਰਦੀ ਹੈ ਉਹ ਇਹ ਸਾਰੀ ਉਹੀ ਟੀਮ ਸੀ। ਸੋ ਪੁਰਾਣਾ ਰਿਸ਼ਤਾ ਹੈ ਅਤੇ ਵਧੀਆ ਲੱਗਦਾ ਆਪਣੇ ਯੂ ਨੋ ਪਰਿਵਾਰ ਦੇ ਵਿੱਚ ਉਹ ਜਿਹੜੇ ਚਿਹਰੇ ਤੁਸੀਂ ਇੰਨੇ ਸਾਲਾਂ ਤੋਂ ਦੇਖਦੇ ਆ ਰਹੇ ਹੋ ਉਹਨਾਂ ਨਾਲ ਦੁਬਾਰਾ ਫਿਰ ਕੰਮ ਕਰਕੇ, ਤਾਂ ਚੰਗਾ ਲੱਗਦਾ, ਬਹੁਤ ਸਾਰੀਆਂ ਉਮੀਦਾਂ ਨੇ। ਅਤੇ ਇਹਨਾਂ ਮੁਟਿਆਰਾਂ ਦੇ ਵਿੱਚ, ਕਿਉਂਕਿ ਇਹਨਾਂ ਨੇ ਪਾਰਟੀਸਿਪੇਟ ਵੱਖਰੇ ਵੱਖਰੇ ਪੜਾਵ ਜਿਹੜੇ ਨੇ ਉਹਨਾਂ ਨੂੰ ਪਾਰ ਕਰਨ ਤੋਂ ਬਾਅਦ, ਕਈ ਕਸੌਟੀਆਂ ਦੇ ਖਰੇ ਉਤਰਨ ਤੋਂ ਬਾਅਦ ਉਹ ਇੱਥੇ ਤੱਕ ਪਹੁੰਚੇ ਨੇ, ਉਸ ਦੌਰਾਨ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਉਹਨਾਂ ਦੇ ਜਿਹਨੂੰ ਕਹਿੰਦੇ ਕੌਨਫੀਡੈਂਸ ਨੂੰ ਬੂਸਟ ਕਰਨ ਲਈ ਤੁਹਾਡੇ ਵੱਲੋਂ ਖਾਸ ਤੌਰ 'ਤੇ ਕਿਹੜਾ ਮੰਤਰ ਉਹਨਾਂ ਨੂੰ ਦਿੱਤਾ ਜਾਂਦਾ ਸੀ ਹਰ ਵਾਰ? ਸੀ ਉਹਨਾਂ ਦਾ ਇੱਥੇ ਹੋਣਾ ਹੀ ਇਹ ਚੀਜ਼ ਪ੍ਰੂਵ ਕਰਦਾ ਕਿ ਉਹ ਕੌਨਫੀਡੈਂਟ ਇਨਫ ਹੈਗੇ ਨੇ, ਯੂ ਨੋ, ਕਿਉਂਕਿ ਐਡੇ ਵੱਡੇ ਸਟੇਜ 'ਤੇ ਆਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਆ। ਸੈਲਫ ਅਸਟੀਮ ਚਾਹੀਦਾ, ਕੌਨਫੀਡੈਂਸ ਚਾਹੀਦਾ, ਪੂਰਾ ਜੋਸ਼ ਚਾਹੀਦਾ, ਯੂ ਹੈਵ ਟੂ ਬੀ ਆਪਟੀਮਿਸਟਿਕ। ਸੋ ਉਹ ਸਾਰਾ ਕੁਛ ਇਹਨਾਂ ਕੁੜੀਆਂ ਦੇ ਵਿੱਚ ਹੈਗਾ, ਬਟ ਇੱਕ ਕੁੜੀ ਅਸੀਂ ਚੁਣਨੀ ਆ ਕਿ ਜਿਹਦੇ ਵਿੱਚ ਸਾਰਾ ਹੀ ਬਹੁਤ ਸੋਹਣੇ ਤਰੀਕੇ ਨਾਲ ਇਹ ਜਿਹੜੀ ਚੀਜ਼ ਆ ਉਹ ਨਿਖਾਰ ਕੇ ਉਹ ਬਾਹਰ ਲੈ ਕੇ ਆਏ, ਸੋਹਣੇ ਤਰੀਕੇ, ਸੋਹਣੇ ਸ਼ਬਦਾਂ ਨੂੰ ਇਸਤੇਮਾਲ ਕਰਕੇ ਉਹ ਯੂ ਨੋ ਆਪਣੇ ਜੋ ਵੀ ਆਪਣੀ ਸੱਭਿਆਚਾਰ ਬਾਰੇ ਜਾਂ ਆਪਣੀ ਖੂਬਸੂਰਤੀ ਬਾਰੇ ਬੋਲਣਾ ਚਾਹੁੰਦੀ, ਆਪਣੇ ਟੈਲੈਂਟ ਬਾਰੇ ਬੋਲਣਾ ਚਾਹੁੰਦੀ, ਆਪਣੇ ਪੰਜਾਬ ਬਾਰੇ ਬੋਲਣਾ ਚਾਹੁੰਦੀ ਆ। ਸੋ ਕਿੰਨੇ ਸੋਹਣੇ ਢੰਗ ਨਾਲ ਉਹਨੂੰ ਪੇਸ਼ ਆਪਣੇ ਆਪ ਨੂੰ, ਅਤੇ ਜੋ ਉਹਦੇ ਜ਼ਹਿਨ ਦੇ ਵਿੱਚ ਚੱਲਦਾ ਪਿਆ, ਉਹ ਕਹਿੰਦੇ ਆ ਨਾ ਕਿ ਸੂਰਤ ਔਰ ਸੀਰਤ ਇਹਨਾਂ ਦੋਨਾਂ ਦਾ ਕੋਂਬੀਨੇਸ਼ਨ ਹੋਣਾ ਬਹੁਤ ਜ਼ਰੂਰੀ ਆ, ਤਾਂ ਉਹ ਅਸੀਂ ਇੱਕ ਪੰਜਾਬਣ 'ਚ ਲੱਭ ਰਹੇ ਹਾਂ, ਐਂਡ ਆਈ ਵਿਸ਼ ਦਮ ਆਲ ਦਾ ਵੈਰੀ ਬੈਸਟ। ਵਿੰਗਸ ਦੇ ਵਿੱਚ ਖੜ੍ਹੇ ਹੋ ਕੇ ਜਦ ਤੁਸੀਂ ਆਪ ਜਦੋਂ ਪਾਰਟੀਸਿਪੇਟ ਕੀਤਾ ਸੀ, ਉਹ ਇੱਕ ਜਿਹੜੀ ਨਰਵਸਨੈਸ ਰਹਿੰਦੀ ਹੈ ਉਹਨੂੰ ਕਾਬੂ ਕਰਨਾ, ਉਹਦੇ ਲਈ ਵੀ ਕੋਈ ਖਾਸ ਟਿਪ ਨੇ? ਉਹ ਨਰਵਸਨੈਸ ਦੇ ਵਿੱਚ ਬਹੁਤ ਮਜ਼ਾ ਆਇਆ। ਆਈ ਮੀਨ ਜੇ ਉਹ ਨਰਵਸਨੈਸ ਨਹੀਂ ਤਾਂ ਯੂ ਆਰ ਡੈਡ, ਲਾਈਕ ਯੂ ਨੋ ਯੂ ਹੈਵ ਟੂ ਹੈਵ ਦੈਟ ਟੂ ਕੀਪ ਯੂ ਔਨ ਯੂਰ ਟੋਜ਼। ਐਂਡ ਉਹ ਨਰਵਸਨੈਸ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਸਟੇਜ 'ਤੇ ਚਾਹੀਦੀ। ਕੋਈ ਮੈਂ ਅੱਜ ਤੱਕ ਇੱਦਾਂ ਦੇ ਬੰਦੇ ਨੂੰ ਨਹੀਂ ਮਿਲੀ ਜਿਹੜਾ ਕਹਿੰਦਾ ਹੋ ਕਿ ਮੈਂ ਮਤਲਬ ਵੀ ਆਈਲ ਕਿਲ ਇਟ, ਲਾਈਕ ਯੂ ਨੋ ਅਫਕੋਰਸ ਯੂ ਨੀਡ ਦੈਟ ਦੈਟ ਇੰਥਿਊਜ਼ੀਆਜ਼ਮ ਟੂ ਗੈਟ ਔਨ ਦ ਸਟੇਜ, ਬਟ ਐਟ ਦ ਸੇਮ ਟਾਈਮ ਉਹ ਨਰਵਸਨੈਸ ਵੀ ਬੜੀ ਖੂਬਸੂਰਤ ਜੀ ਇਮੋਸ਼ਨ ਕਹਿ ਲਓ ਤੁਸੀਂ। ਸੋ ਯੂ ਨੀਡ ਦੈਟ, ਐਂਡ ਉਹਦੇ ਨਾਲ ਨਾਲ ਆਈ ਥਿੰਕ ਯੂ ਗੋਟ ਗਿਵ ਯੂਰ ਬੈਸਟ। ਸੋ ਦੋਨੋਂ ਚੀਜ਼ਾਂ ਦਾ ਕੋਂਬੀਨੇਸ਼ਨ ਹੋਣਾ ਬੜਾ ਜ਼ਰੂਰੀ ਆ। ਵੱਖਰੇ ਵੱਖਰੇ ਰਾਊਂਡ ਸੀ ਜਿਸ ਵਿੱਚ ਇਹਨਾਂ ਨੇ ਪਾਰ ਕੀਤਾ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਮੋਸਟ ਡਿਫੀਕਲਟ ਰਾਊਂਡ ਜਿਹੜਾ ਸੀ ਉਹ ਇਹਨਾਂ ਮੁਟਿਆਰਾਂ ਲਈ ਕੀ ਸੀ? ਆਈ ਥਿੰਕ ਮੇਰੇ ਟਾਈਮ 'ਤੇ ਵੀ ਮੈਨੂੰ ਇਹ ਲੱਗਦਾ ਸੀ ਕੁਸ਼ਚਨ ਆਨਸਰ ਕਿ ਪਤਾ ਨਹੀਂ ਕੀ ਪੁੱਛ ਲੈਣਾ, ਹੈ ਨਾ, ਜਾਂ ਬੋਲੀ ਰਾਊਂਡ ਕਿ ਜਦੋਂ ਪਰਚੀ ਚੱਕਣੀ ਆ। ਹੁਣ ਸ਼ਾਇਦ ਫੋਰਮੈਟ ਆਈ ਡੋਂਟ ਨੋ, ਸ਼ਾਇਦ ਥੋੜ੍ਹਾ ਚੇਂਜ ਕੀਤਾ ਹੋਵੇ, ਸਾਨੂੰ ਹੁਣੇ ਦੱਸਣਗੇ ਉਹ ਹਰਜਿੰਦਰ ਜੀ ਹੋਣੀ ਜੋ ਟੀਮ ਹੈ ਸਾਰੀ, ਅਤੇ ਕੀ ਫੋਰਮੈਟ ਹੈਗਾ। ਬਟ ਮੇਰੇ ਵਾਰੀ ਮੈਨੂੰ ਮੈਂ ਜ਼ਿਆਦਾ ਨਰਵਸ ਉਦੋਂ ਹੀ ਸੀਗੀ ਕਿ ਜਦੋਂ ਮੈਂ ਪਰਚੀ ਚੱਕੀ ਤਾਂ ਪਤਾ ਨਹੀਂ ਕੀ ਪੁੱਛ ਲੈਣਾ, ਕਿਹੜਾ ਕੁਸ਼ਚਨ ਪੁੱਛ ਲੈਣਾ, ਕਿਉਂਕਿ ਜਿਹੜਾ ਆਪਣਾ ਪੰਜਾਬੀ ਸੱਭਿਆਚਾਰ ਇੱਕ ਸਾਗਰ ਦੀ ਤਰ੍ਹਾਂ ਆ, ਯੂ ਨੋ ਪਤਾ ਨਹੀਂ ਜੱਜ ਨੇ ਕਿਹੜੀ ਚੀਜ਼ ਪੁੱਛ ਲੈਣੀ, ਹੋ ਸਕਦਾ ਕੰਗਨ ਬਾਰੇ ਪੁੱਛ ਲੈਣ, ਹੋ ਸਕਦਾ ਕੋਲੂ ਬਾਰੇ ਪੁੱਛ ਲੈਣ ਜਿਹੜਾ ਮੈਨੂੰ ਪੁੱਛਿਆ ਸੀ। ਸੋ ਮੇਰੇ ਵਾਸਤੇ ਪਰਟੀਕੁਲਰਲੀ ਆਈ ਥਿੰਕ ਸਪੈਸੀਫਿਕਲੀ ਕਿ ਉਹੀ ਜਿਹੜਾ ਇੱਕ ਰਾਊਂਡ ਆ ਉਹ ਬਹੁਤ ਔਖਾ ਸੀਗਾ। ਅਦਰ ਦੈਨ ਦੈਟ ਜਿਹੜਾ ਡਾਂਸ ਰਾਊਂਡ ਉਹ ਤਾਂ ਆਪਾਂ ਇੰਜੋਏ ਕਰਦੇ ਹਾਂ, ਸੋ ਆਈ ਡੋਂਟ ਥਿੰਕ ਉਹ ਔਖਾ ਹੋਏਗਾ। ਬਟ ਕਈਆਂ ਨੂੰ ਔਖਾ ਲੱਗਦਾ, ਲੈਟਸ ਸੀ ਕਿਹਨੂੰ ਔਖਾ ਲੱਗਦਾ ਅਤੇ ਕਿਹੜਾ ਕਿਹੜਾ ਵਧੀਆ ਤਰੀਕੇ ਨਾਲ ਪੇਸ਼ ਕਰਦਾ। ਤੁਹਾਡੇ ਜਿਹੜੇ ਫੈਨਸ ਨੇ ਉਹਨਾਂ ਨੂੰ ਖਾਸ ਤੌਰ 'ਤੇ ਕਹਿ ਦਿਓ ਕਿ ਟੀ ਵੀ ਮੂਹਰਿਓ ਆਪਣੇ ਪਰਿਵਾਰ ਦੇ ਨਾਲ ਉੱਠਣ ਨਾ, ਅਤੇ ਵੇਖਦੇ ਰਹਿਣ ਮਿਸ ਪੀ ਟੀ ਸੀ ਪੰਜਾਬੀ ਦਾ ਗ੍ਰੈਂਡ ਫਿਨਾਲੇ ਪੀ ਟੀ ਸੀ ਪੰਜਾਬੀ 'ਤੇ। ਜਾਂ ਮੇਰੇ ਫੈਨਸ ਦੇ ਮੈਨੂੰ ਮੈਸੇਜ ਆਉਂਦੇ ਆ ਔਰ ਕਹਿੰਦੇ ਕਿ ਮੈਡਮ ਤੁਸੀਂ ਪੀ ਟੀ ਸੀ ਦੇਖਣ ਲਾ ਤਾ, ਸੋ ਥੈਂਕ ਯੂ ਇਹ ਗੱਲ ਕਹਿਣ ਲਈ, ਯੂ ਨੋ, ਬਟ ਆਈ ਥਿੰਕ ਇਹ ਪੀ ਟੀ ਸੀ ਵਾਲਿਆਂ ਦਾ ਇਹਨਾਂ ਨੇ ਜਿਹੜਾ ਇੰਨਾ ਅੱਛਾ ਉਪਰਾਲਾ ਕੀਤਾ, ਇਹ ਸਾਰਾ ਸਿਹਰਾ ਇਹਨਾਂ ਦੇ
ਯੂ ਨੋ ਸਿਰ ਨੂੰ ਜਾਂਦਾ ਆ, ਬਿਕੋਜ਼ ਐਡਾ ਵੱਡਾ ਜਿਹੜਾ ਮੰਚ ਆ ਪੰਜਾਬਣਾ ਵਾਸਤੇ ਖੜਾ ਕਰਨਾ ਕੋਈ ਸੌਖੀ ਗੱਲ ਨਹੀਂ ਹੈਗੀ, ਐਂਡ ਉਹ ਵੀ ਅੱਜ ਕੱਲ੍ਹ ਦੇ ਜ਼ਮਾਨੇ ਜਦੋਂ ਆਪਣਾ ਪੰਜਾਬੀ ਵਿਰਸਾ, ਆਪਣਾ ਪੰਜਾਬੀ ਸੱਭਿਆਚਾਰ, ਆਪਣੀ ਪੰਜਾਬੀ ਪਹਿਰਾਵਾ, ਆਪਣੀ ਪੰਜਾਬੀ ਬੋਲੀ ਜਿਹੜੀ ਅਲੋਪ ਹੁੰਦੀ ਜਾ ਰਹੀ ਆ, ਸੋ ਇਸ ਟਾਈਮ 'ਤੇ ਇਸ ਮੰਚ ਦੀ ਬਹੁਤ ਬਹੁਤ ਜ਼ਰੂਰਤ ਹੈਗੀ ਆ ਪੰਜਾਬਣਾ ਨੂੰ. ਸੋ ਵੈਨ ਵੀ ਸੇ ਪੰਜਾਬਣ, ਇਟ ਡਜ਼ਨਟ ਮੀਨ ਕਿ ਮਤਲਬ ਇੱਕ ਪੰਜਾਬਣ ਜਿਹੜੀ ਯੂ ਨੋ ਸਿਰਫ ਘਰ ਦਾ ਕੰਮ ਕਰੇ ਅਤੇ ਚੁੱਲ੍ਹੇ ਅੱਗੇ ਬੈਠੀ ਰਹੇ, ਨਹੀਂ, ਇੱਕ ਪੰਜਾਬਣ ਉਹ ਜਿਹੜੀ ਅੱਜ ਕੱਲ੍ਹ ਜੋ ਜ਼ਮਾਨਾ ਚੱਲ ਰਿਹਾ ਉਹਦੇ ਨਾਲ ਯੂ ਨੋ ਅੱਗੇ ਵੱਧ ਸਕੇ, ਤੁਰ ਸਕੇ, ਐਂਡ ਚਾਹੇ ਉਹਦੇ ਕਰੀਅਰ ਨੂੰ ਲੈ ਕੇ ਹੋਵੇ, ਕਿਉਂਕਿ ਹੁਣ ਕਲਪਨਾ ਚਾਵਲਾ ਲਾ ਲਓ ਤੁਸੀਂ, ਹੈ ਨਾ, ਯੂ ਨੋ ਹੈ ਤਾਂ ਇੰਡੀਅਨ ਆ ਨਾ, ਤੋ ਨਾਮ ਦੇਖੋ ਕਿੰਨਾ ਰੋਸ਼ਨ ਕੀਤਾ ਉਹਨਾਂ ਨੇ. ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਆਈ ਥਿੰਕ ਇਹ ਤੁਹਾਨੂੰ ਆਪਣੀ ਆਈਡੈਂਟੀ ਨੂੰ, ਆਪਣੇ ਆਪ ਨੂੰ, ਆਪਣੇ ਪੰਜਾਬ ਨੂੰ, ਆਪਣੇ ਇੰਡੀਆ ਨੂੰ ਅੱਗੇ ਲਿਜਾਣ ਦਾ ਮੌਕਾ ਦਿੰਦੀਆਂ ਨੇ, ਅਤੇ ਇਹ ਮੌਕਾ ਮੈਨੂੰ ਲੱਗਦਾ ਨਹੀਂ ਕਿਸੇ ਵੀ ਪੰਜਾਬਣ ਨੂੰ ਇਹ ਛੱਡਣਾ ਚਾਹੀਦਾ ਅਗਰ ਤੁਹਾਡੇ 'ਚ ਟੈਲੈਂਟ ਹੈਗਾ ਤਾਂ. ਸੋ ਪੀ ਟੀ ਸੀ ਪੰਜਾਬੀ ਦੇਖਣਾ ਨਾ ਭੁੱਲਿਓ, ਮਿਸ ਪੀ ਟੀ ਸੀ ਪੰਜਾਬੀ 2018 ਬਸ ਕੁਛ ਦੇਰ ਤੱਕ ਸ਼ੁਰੂ ਹੋਣ ਵਾਲਾ. ਥੈਂਕ ਯੂ.